ਸਰ ਇਹਦੇ ਵਿੱਚ ਅਸੀਂ ਇਨੀਸ਼ਲੀ 2017 ਵਿੱਚ ਇੱਕ ਰਿਟ ਫਾਈਲ ਕੀਤੀ ਸੀਗੀ, ਜਿਹਦੇ ਵਿੱਚ ਅਸੀਂ ਚੈਲੰਜ ਕੀਤਾ ਸੀ ਪੰਜਾਬ ਪਲਾਸਟਿਕ ਕੈਰੀ ਬੈਗਸ ਕੰਟਰੋਲ ਐਕਟ 2015, ਜਿਹਦੇ ਵਿੱਚ ਕਿ ਮੈਨੂਫੈਕਚਰਿੰਗ, ਸੇਲਿੰਗ ਐਂਡ ਜੋ ਵੀ ਹੈ ਸਾਰਾ ਕੁਝ ਪ੍ਰੋਹਿਬਿਟਿਡ ਸੀਗਾ। ਬਟ ਈਵਨ ਦੈਨ ਇਹਦੀ ਜਿਹੜੀ ਇੱਕ ਪ੍ਰੋਪਰ ਇੰਪਲੀਮੈਂਟੇਸ਼ਨ ਹੀ ਹੈਗੀ। ਅਸੀਂ ਕੋਰਟ ਤੋਂ ਇਹ ਰਿਕੁਐਸਟ ਕੀਤਾ ਸੀਗਾ ਕਿ ਜਿਹੜੀ ਜੋ ਵੀ ਐਡਮਿਨਿਸਟ੍ਰੇਸ਼ਨਸ ਹੈਗੇ ਆ ਸਟੇਟ ਆਫ ਪੰਜਾਬ, ਯੂਪੀ, ਚੰਡੀਗੜ੍ਹ ਐਂਡ ਹਰਿਆਣਾ ਨੂੰ ਇਹ ਡਾਇਰੈਕਟ ਕੀਤਾ ਜਾਵੇ ਕਿ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਉਹ ਪ੍ਰੋਪਰ ਹੋਣੀ ਚਾਹੀਦੀ ਆ। ਕੋਰਟ ਨੇ ਨੋਟਿਸ ਕਰਤਾ ਸੀਗਾ ਅਤੇ ਸਟੇਟਸ ਰਿਪੋਰਟ ਕੋਲ ਕੀਤੀ ਸੀਗੀ। ਹੁਣ ਸਬਸੀਕੁਐਂਟਲੀ ਸਟੇਟਸ ਰਿਪੋਰਟ ਕੋਲ ਹੋਈ ਆ, ਉਹਦੇ ਵਿੱਚ ਹੁਣ ਕੋਰਟ ਨੇ ਇਹ ਅਬਜ਼ਰਵ ਕੀਤਾ ਕਿ ਸਟੇਟ ਆਫ ਪੰਜਾਬ ਐਂਡ ਹਰਿਆਣਾ ਆਰ ਸੇਇੰਗ ਦੈਟ ਅਸੀਂ ਇਹਨਾਂ ਦੇ ਉੱਤੇ ਬੈਨ ਕਰ ਰਹੇ ਹਾਂ, ਬਟ ਇਹ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋ ਪਾ ਰਹੀ। ਰੀਜ਼ਨ ਬੀਇੰਗ ਕਿ ਪਬਲਿਕ ਅਵੇਅਰ ਨਹੀਂ ਹੈਗੀ ਇਸ ਚੀਜ਼ ਨਾਲ ਰਿਲੇਟਡ। ਉਸ ਚੀਜ਼ ਨਾਲ ਰਿਗਾਰਡਿੰਗ ਉਹ ਅਵੇਅਰਨੈਸ ਕੈਂਪਸ ਚਲਾ ਰਹੇ ਆ, ਪੈਨਲਟੀ ਇੰਪੋਜ਼ ਕਰ ਰਹੇ ਆ, ਚਲਾਨ ਕਰ ਰਹੇ ਆ ਜੋ ਇਹਨੂੰ ਮੈਨੂਫੈਕਚਰ ਕਰ ਰਹੇ ਆ, ਸੇਲ ਕਰ ਰਹੇ ਆ। ਬਟ ਕੋਰਟ ਦਾ ਕੰਸੀਡਰਡ ਵਿਊ ਇਹ ਹੈ ਕਿ ਇਹਦੇ ਨਾਲ ਰਿਗਾਰਡਿੰਗ ਕੋਈ ਤੁਸੀਂ ਕੋਈ ਬਾਇਓਗ੍ਰੇਡੇਬਲ ਜਾਂ ਕੋਈ ਹੋਰ ਸਬਸਟੀਟਿਊਟ ਲੈ ਕੇ ਆਓ ਜਿਹੜਾ ਕਿ ਪਲਾਸਟਿਕ ਬੈਗਸ ਨੂੰ ਜਿਹੜਾ ਹੈਗਾ ਇੱਕਦਮ ਬਿਲਕੁਲ ਖਤਮ ਕਰ ਸਕੇ। ਲਾਈਕ ਜੂਠ ਹੈ, ਬਟ ਜਿਹੜਾ ਜੂਠ ਹੈ ਉਹ ਅਫੋਰਡੇਬਲ ਨਹੀਂ ਹੈ ਫੋਰ ਆਲ ਦਾ ਪਬਲਿਕ, ਸੋ ਡੈਟ ਕਿ ਈਵਨ ਹਰ ਇੱਕ ਇਕਨੋਮਿਕਲ ਰੇਟਸ ਵਿੱਚ ਅਵੇਲੇਬਲ ਹੋ ਸਕੇ ਅਤੇ ਜਿਹੜਾ ਜੋ ਵੀ ਪਲਾਸਟਿਕ ਬੈਨ ਹੈਗਾ ਇਹਦਾ ਪ੍ਰੋਪਰਲੀ ਇੰਪਲੀਮੈਂਟੇਸ਼ਨ ਹੋ ਸਕੇ। ਜੇ ਪਲਾਸਟਿਕ ਬੈਗਸ ਦੇ ਅਗੇਂਸਟ ਰਿਟ ਫਾਈਲ ਕੀਤੀ ਸੀਗੀ, ਇਹਦੇ ਵਿੱਚ ਹੁਣ ਜਿਹੜਾ ਆ ਰਿਹਾ ਸਿਸਟਮ ਵੀ ਆਪਣਾ ਕੰਮ ਕਰ ਰਿਹਾ ਅਤੇ ਕੋਰਟਸ ਵੀ ਆਪਣੇ ਕੰਮ ਕਰ ਰਹੀਆਂ ਨੇ, ਪਰ ਇੱਥੇ ਜਿਹੜੀ ਮੇਨ ਡਿਊਟੀ ਬਣਦੀ ਪਈ ਆ ਹੁਣ ਸੇਲਰਸ ਦੀ ਆ, ਮੈਨੂਫੈਕਚਰਰਸ ਦੀ ਆ ਅਤੇ ਜਿਹੜੇ ਯੂਜ਼ਰਸ ਹੈਗੇ ਆ। ਇੱਥੇ ਪਬਲਿਕ ਨੂੰ ਵੀ ਅਵੇਅਰ ਹੋਣਾ ਪਊਗਾ ਆਪਣੇ ਡਿਊਟੀਜ਼ ਲਈ ਕਿ ਉਹਨਾਂ ਨੇ ਪਲਾਸਟਿਕ ਬੈਗਸ ਘੱਟ ਤੋਂ ਘੱਟ ਯੂਜ਼ ਕਰਨੇ ਆ, ਆਪਣੇ ਘਰੋਂ ਹੀ ਜਿਹੜੇ ਹੈਗੇ ਬੈਗਸ ਨੂੰ ਨਾਲ ਲੈ ਕੇ ਜਾਣ। ਜਿੱਦਾਂ ਚੰਡੀਗੜ੍ਹ ਵਿੱਚ ਇਹ ਕਾਫੀ ਟ੍ਰੈਂਡ ਹੁਣ ਚੱਲ ਚੁੱਕਾ ਹੈ, ਇੱਦਾਂ ਪੰਜਾਬ ਅਤੇ ਹਰਿਆਣਾ ਵਿੱਚ ਵੀ ਅਗਰ ਇਸੇ ਤਰ੍ਹਾਂ ਸਪੋਰਟ ਹੋਣ ਲੱਗ ਪਵੇ ਤਾਂ ਪਲਾਸਟਿਕ ਬੈਗਸ ਦੀ ਜਿਹੜੀ ਯੂਸੇਜ ਹੈਗੀ ਉਹ ਕਾਫੀ ਘੱਟ ਜੂਗੀ ਅਤੇ ਇਹਦੇ ਨਾਲ ਜਿਹੜੀ ਨੇਚਰ ਨੂੰ, ਗਾਵਾਂ ਨੂੰ, ਹੋਰ ਜਿਹੜੇ ਜਾਨਵਰ ਹੈਗੇ ਜਿਹੜੇ ਇਹਨਾਂ ਨੂੰ ਖਾ ਕੇ ਇਹਨਾਂ ਦਾ ਜਿਹੜੇ ਸਾਈਡ ਇਫੈਕਟਸ ਨੇਚਰ ਨੂੰ ਹੋ ਰਿਹਾ ਉਹ ਘੱਟ ਜੂਗਾ। ਲੇਕਿਨ ਇਹਦੀ ਪ੍ਰੋਬਲਮ ਤਾਂ ਮੈਨੂਫੈਕਚਰਿੰਗ ਦੀ ਹੈ ਨਾ, ਕਿਉਂਕਿ ਜੇ ਤਾਂ ਮੈਨੂਫੈਕਚਰ ਹੋ ਰਿਹਾ ਹਰ ਜਗ੍ਹਾ ਤਾਂ ਮਿਲਦੇ ਆ ਹਰੇਕ ਜਗ੍ਹਾ ਤੇ। ਹਾਂਜੀ, ਮੈਂ ਉਹੀ ਕਹਿ ਰਿਹਾ ਜੀ, ਮੈਨੂਫੈਕਚਰਰ ਦੀ, ਸੇਲਰਸ ਦੀ ਤੇ ਯੂਜ਼ਰਸ ਦੀ, ਇਹ ਤਿੰਨਾਂ ਦੀ ਡਿਊਟੀ ਹੈ ਜੀ। ਹੁਣ ਇਹ ਤਿੰਨਾਂ ਨੂੰ ਆਪਣੀ ਡਿਊਟੀਜ਼ ਨੂੰ ਹਾਈ ਕੋਰਟ ਨੇ ਕੀ ਆਰਡਰ ਕੀਤਾ ਨੇ? ਹਾਈ ਕੋਰਟ ਨੇ ਇਹੀ ਆਰਡਰ ਕੀਤੇ ਆ, ਸਿਸਟਮ ਨੂੰ ਆਰਡਰ ਕੀਤੇ ਆ, ਗਵਰਨਮੈਂਟ ਨੂੰ, ਸਟੇਟ ਆਫ ਪੰਜਾਬ ਨੂੰ ਆਰਡਰ ਕੀਤੇ ਆ ਕਿ ਤੁਸੀਂ ਇਹਦਾ ਜਿਹੜਾ ਅਫੋਰਡੇਬਲ, ਜਿਹੜਾ ਪਬਲਿਕ ਜਿਹੜੀ ਜਿਸ ਚੀਜ਼ ਨੂੰ ਅਫੋਰਡ ਕਰ ਸਕਦੀ ਹੈ ਉਹੋ ਜਿਹਾ ਤੁਸੀਂ ਕੋਈ ਸਬਸਟੀਟਿਊਟ ਅਵੇਲੇਬਲ ਕਰੋ ਪਬਲਿਕ ਲਈ। ਨੈਕਸਟ ਡੇਟ ਹੈਗੀ ਹੈ ਜੀ 9/12/2024। ਸਰ ਇਹਦੇ ਵਿੱਚ ਅਸੀਂ ਇਨੀਸ਼ਲੀ 2017 ਵਿੱਚ ਇੱਕ ਰਿਟ ਫਾਈਲ ਕੀਤੀ ਸੀਗੀ, ਜਿਹਦੇ ਵਿੱਚ ਅਸੀਂ ਚੈਲੰਜ ਕੀਤਾ ਸੀ ਪੰਜਾਬ ਪਲਾਸਟਿਕ ਕੈਰੀ ਬੈਗਸ ਕੰਟਰੋਲ ਐਕਟ 2015, ਜਿਹਦੇ ਵਿੱਚ ਕਿ ਮੈਨੂਫੈਕਚਰਿੰਗ, ਸੇਲਿੰਗ ਐਂਡ ਜੋ ਵੀ ਹੈ ਸਾਰਾ ਕੁਝ ਪ੍ਰੋਹਿਬਿਟਿਡ ਸੀਗਾ। ਬਟ ਈਵਨ ਦੈਨ ਇਹਦੀ ਜਿਹੜੀ ਇੱਕ ਪ੍ਰੋਪਰ ਇੰਪਲੀਮੈਂਟੇਸ਼ਨ ਹੀ ਹੈਗੀ। ਅਸੀਂ ਕੋਰਟ ਤੋਂ ਇਹ ਰਿਕੁਐਸਟ ਕੀਤਾ ਸੀਗਾ ਕਿ ਜਿਹੜੀ ਜੋ ਵੀ ਐਡਮਿਨਿਸਟ੍ਰੇਸ਼ਨਸ ਹੈਗੇ ਆ ਸਟੇਟ ਆਫ ਪੰਜਾਬ, ਯੂਪੀ, ਚੰਡੀਗੜ੍ਹ ਐਂਡ ਹਰਿਆਣਾ ਨੂੰ ਇਹ ਡਾਇਰੈਕਟ ਕੀਤਾ ਜਾਵੇ ਕਿ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਉਹ ਪ੍ਰੋਪਰ ਹੋਣੀ ਚਾਹੀਦੀ ਆ। ਕੋਰਟ ਨੇ ਨੋਟਿਸ ਕਰਤਾ ਸੀਗਾ ਅਤੇ ਸਟੇਟਸ ਰਿਪੋਰਟ ਕੋਲ ਕੀਤੀ ਸੀਗੀ। ਹੁਣ ਸਬਸੀਕੁਐਂਟਲੀ ਸਟੇਟਸ ਰਿਪੋਰਟ ਕੋਲ ਹੋਈ ਆ, ਉਹਦੇ ਵਿੱਚ ਹੁਣ ਕੋਰਟ ਨੇ ਇਹ ਅਬਜ਼ਰਵ ਕੀਤਾ ਕਿ ਸਟੇਟ ਆਫ ਪੰਜਾਬ ਐਂਡ ਹਰਿਆਣਾ ਆਰ ਸੇਇੰਗ ਦੈਟ ਅਸੀਂ ਇਹਨਾਂ ਦੇ ਉੱਤੇ ਬੈਨ ਕਰ ਰਹੇ ਹਾਂ, ਬਟ ਇਹ ਪ੍ਰੋਪਰ ਇੰਪਲੀਮੈਂਟੇਸ਼ਨ ਨਹੀਂ ਹੋ ਪਾ ਰਹੀ। ਰੀਜ਼ਨ ਬੀਇੰਗ ਕਿ ਪਬਲਿਕ ਅਵੇਅਰ ਨਹੀਂ ਹੈਗੀ ਇਸ ਚੀਜ਼ ਨਾਲ ਰਿਲੇਟਡ। ਉਸ ਚੀਜ਼ ਨਾਲ ਰਿਗਾਰਡਿੰਗ ਉਹ ਅਵੇਅਰਨੈਸ ਕੈਂਪਸ ਚਲਾ ਰਹੇ ਆ, ਪੈਨਲਟੀ ਇੰਪੋਜ਼ ਕਰ ਰਹੇ ਆ, ਚਲਾਨ ਕਰ ਰਹੇ ਆ ਜੋ ਇਹਨੂੰ ਮੈਨੂਫੈਕਚਰ ਕਰ ਰਹੇ ਆ, ਸੇਲ ਕਰ ਰਹੇ ਆ। ਬਟ ਕੋਰਟ ਦਾ ਕੰਸੀਡਰਡ ਵਿਊ ਇਹ ਹੈ ਕਿ ਇਹਦੇ ਨਾਲ ਰਿਗਾਰਡਿੰਗ ਕੋਈ ਤੁਸੀਂ ਕੋਈ ਬਾਇਓਗ੍ਰੇਡੇਬਲ ਜਾਂ ਕੋਈ ਹੋਰ ਸਬਸਟੀਟਿਊਟ ਲੈ ਕੇ ਆਓ ਜਿਹੜਾ ਕਿ ਪਲਾਸਟਿਕ ਬੈਗਸ ਨੂੰ ਜਿਹੜਾ ਹੈਗਾ ਇੱਕਦਮ ਬਿਲਕੁਲ ਖਤਮ ਕਰ ਸਕੇ। ਲਾਈਕ ਜੂਠ ਹੈ, ਬਟ ਜਿਹੜਾ ਜੂਠ ਹੈ ਉਹ ਅਫੋਰਡੇਬਲ ਨਹੀਂ ਹੈ ਫੋਰ ਆਲ ਦਾ ਪਬਲਿਕ, ਸੋ ਡੈਟ ਕਿ ਈਵਨ ਹਰ ਇੱਕ ਇਕਨੋਮਿਕਲ ਰੇਟਸ ਵਿੱਚ ਅਵੇਲੇਬਲ ਹੋ ਸਕੇ ਅਤੇ ਜਿਹੜਾ ਜੋ ਵੀ ਪਲਾਸਟਿਕ ਬੈਨ ਹੈਗਾ ਇਹਦਾ ਪ੍ਰੋਪਰਲੀ ਇੰਪਲੀਮੈਂਟੇਸ਼ਨ ਹੋ ਸਕੇ।